ਜਿਹੜਾ ਨਹੀਂ ਰੁਕਦਾ ਉਹ ਆ ਭਾਈ ਹੋਣੀ ਸਾਹਿਬ ਜੀ ਦੇਖੋ ਕਿਉਂਕਿ ਇਹਨਾਂ ਨੂੰ ਆਪਾਂ ਨੂੰ ਇਨਕਾਰ ਲਾਇਆ ਭਾਈ ਸਾਹਿਬ ਜੀ ਨੇ ਹੁਣ ਤੁਸੀਂ ਵੇਖਿਆ ਜੀ ਆਪਣੇ ਅੱਜ ਆਪਣਾ ਆਜ਼ਾਦ ਸੇਵਾ ਸੁਸਾਇਟੀ ਅੰਮ੍ਰਿਤਸਰ ਰਜਿਸਟਰ ਤੋਂ ਆਪਾਂ ਬੀਬੀ ਬਲਜੀਤ ਕੌਰ ਨੂੰ ਆਪਣੇ ਇਲਾਕੇ ਦੇ ਇੰਚਾਰਜ ਲਾ ਰਹੇ ਹਾਂ, ਇਹਨਾਂ ਨੂੰ ਆਪਣਾ ਮੈਂਬਰ ਬਣਾ ਰਿਹਾ ਆਪਣੀ ਪਾਰਟੀ ਦਾ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਆਪਣੇ ਤਨੋ ਮਨੋ ਆਪਣੀ ਸੁਸਾਇਟੀ ਦੀ ਸੇਵਾ ਕਰਨਗੇ, ਆਪਣੀ ਇਸ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਗੇ, ਵੱਧ ਚੜ੍ਹ ਕੇ ਸੇਵਾ ਕਰਨਗੇ ਸੁਸਾਇਟੀ ਦੀ। ਬੀਬੀ ਬਲਜੀਤ ਕੌਰ ਨੂੰ ਵਾਰਡ ਨੰਬਰ 37 ਚੋਂ ਅਸੀਂ ਮੈਂਬਰ ਲਾ ਰਹੇ ਹਾਂ ਆਪਣੀ ਆਜ਼ਾਦ ਸੇਵਾ ਸੁਸਾਇਟੀ 'ਚੋਂ। ਕੁਝ ਆਪਣੇ ਸੋਨੂ ਸੋਹਲ ਭਾਅ ਜੀ ਆਪਣੇ ਇੰਚਾਰਜ ਆਪਣੇ ਇਲਾਕੇ ਵਾਰਡ ਨੰਬਰ 37 ਦੇ, ਇੰਦਰਜੀਤ ਸਿੰਘ ਬਲਾਰੀਆ, ਜੁਗਰਾਜ ਭਾਅ ਜੀ ਆਪਣੇ ਪ੍ਰਧਾਨ ਆਜ਼ਾਦ ਸੇਵਾ ਸੁਸਾਇਟੀ ਦੇ, ਸਰਦਾਰ ਆਪਣੇ ਮੋਹਰਾ ਸਿੰਘ ਜੀ ਚੇਅਰਮੈਨ ਸਾਹਿਬ, ਜੋ ਕਿ ਸਾਰੇ ਹੀ ਆਪਣੇ ਕੋਲ ਪਹੁੰਚੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਜ਼ਾਦ ਸੇਵਾ ਸੁਸਾਇਟੀ ਰਜਿਸਟਰਡ ਪੰਜਾਬ ਤੋਂ ਇਹ ਭੈਣ ਜੀ ਬਲਜੀਤ ਕੌਰ ਹੋਣਾ ਨੂੰ ਆਪਣੀ ਸੁਸਾਇਟੀ ਵਿੱਚ ਸ਼ਾਮਿਲ ਕਰ ਰਹੇ ਹਾਂ। ਇਹ ਜਿਹੜੀ ਸਾਡੀ ਸੁਸਾਇਟੀ ਆ, ਇਹ ਪੂਰੇ ਪੰਜਾਬ ਵਿੱਚ ਕੰਮ ਕਰਦੀ ਆ। ਜਿਵੇਂ ਕਿ ਅੱਜ ਸਾਡੇ ਕੋਲ ਮੈਂਬਰ ਲੁਧਿਆਣਾ, ਜਗਰਾਓਂ, ਜਲੰਧਰ, ਮੋਗੇ, ਕੋੜੀ ਸੇਖਾਂ ਜਾਂ ਹੋਰ ਭਿੱਖੀਵਿੰਡ, ਖਾਲੜਾ, ਛੋਟੇ ਪਿੰਡਾਂ ਵਿੱਚ, ਝਬਾਲ ਵਿੱਚ, ਹਰ ਜਗ੍ਹਾ ਆਪੋ ਆਪਣੀ ਸੇਵਾ ਨਿਭਾ ਰਹੇ ਨੇ। ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਪੈਂਦੀ ਹੈ, ਉਹ ਸਾਡੇ ਕੋਲ ਇੱਥੇ ਅੰਮ੍ਰਿਤਸਰ ਆਉਂਦੇ ਨੇ, ਉਹਨਾਂ ਦੇ ਹਰ ਤਰ੍ਹਾਂ ਦੇ ਕੰਮ ਕਰੀਦੇ ਨੇ। ਜਿਵੇਂ ਅੱਜ ਸਾਡੇ ਨਾਲ ਗੁਰੂ ਨਾਨਕ ਹਸਪਤਾਲ ਵੱਲੋਂ ਹਰਨੇਕ ਸਿੰਘ ਨੇਕੀ ਡਾਕਟਰ ਆ, ਉਹ ਵੀ ਆਪਣੇ ਨਾਲ ਪੂਰੀ ਸੇਵਾ ਕਰਦੇ ਨੇ। ਹੋਰ ਸਿਵਲ ਹਸਪਤਾਲ ਔਰ ਗੁਰੂ ਰਾਮਦਾਸ ਹਸਪਤਾਲ ਵਿੱਚ ਵੀ ਆਪਣੇ ਨਾਲ ਰਜਾਵ ਸਿੰਘ ਹੁਣੇ ਵੀ ਸੇਵਾ ਦਿੰਦੇ ਨੇ, ਕਰਦੇ ਨੇ। ਇਸ ਢੰਗ ਦੇ ਨਾਲ ਅੱਜ ਜਿੱਥੇ ਵੀ ਸਾਨੂੰ ਲੋੜ ਪਏ, ਸਾਨੂੰ ਖੁਸ਼ੀ ਆ ਵੀ ਸੋਨੂੰ ਸੋਹਲ ਹੁਣੇ ਵੀ ਸਾਡੇ ਨਾਲ ਨੇ। ਜਿੱਥੇ ਕਿਤੇ ਇਹਨਾਂ ਦੀ ਜ਼ਰੂਰਤ ਪਏਗੀ ਇਹਨਾਂ ਨੂੰ ਵੀ ਫੋਨ ਕਰਾਂਗੇ। ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀ ਸੁਸਾਇਟੀ ਵਿੱਚ ਕਿਸੇ ਵੀ ਕਿਸਮ ਦਾ ਕੋਈ ਝਗੜਾ ਹੁੰਦਾ ਹੈ, MLA ਸਾਹਿਬ, MP ਸਾਹਿਬ ਸਾਡੀ ਪੂਰੀ ਗੱਲਬਾਤ ਸੁਣਦੇ ਨੇ। ਇਹ ਸਾਡੇ ਹਲਕਾ ਦੱਖਣੀ ਦੇ ਵਿੱਚ ਵੀ ਕੋਈ 465 ਮੈਂਬਰ ਨੇ, ਜਿਹਦੇ ਵਿੱਚੋਂ 15-16 ਬੀਬੀਆਂ ਵੀ ਸਾਡੇ ਨਾਲ ਪੂਰਾ ਸਾਥ ਦਿੰਦੀਆਂ ਨੇ, ਆਪਣੀ ਸੇਵਾ ਨਿਭਾਉਂਦੀਆਂ ਨੇ। ਅਸੀਂ ਸਾਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਮੇਰੀ ਗੱਲ ਨੂੰ ਸੁਣਦਾ, ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਆਜ਼ਾਦ ਸੇਵਾ ਸੁਸਾਇਟੀ ਦੇ ਮੈਂਬਰ ਬਣੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਸਾਇਟੀ ਵੱਲੋਂ ਜੋ ਸੇਵਾ ਮਿਲੀ ਆ ਮੈਂ ਦਿਲੋਂ ਨਿਭਾਉਂਗੀ, ਸਾਰਿਆਂ ਦੇ ਨਾਲ ਤੁਰੂੰਗੀ, ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਆਵੇ ਮੈਂ ਉਹਨਾਂ ਦੇ ਨਾਲ ਖੜੀ ਹੋਊਂਗੀ। ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਵੀ ਕੋਈ ਮੁਸ਼ਕਲ ਹੋਏਗੀ ਮੈਂ ਉਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੀ, ਕਿਸੇ ਨੂੰ ਕੋਈ ਪਰੇਸ਼ਾਨੀ ਆਵੇਗੀ ਮੈਂ ਉਹਨਾਂ ਦੇ ਨਾਲ ਹਰ ਤਰ੍ਹਾਂ ਤੁਰਾਂਗੀ। ਆਜ਼ਾਦ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਜਿਹੜੀ ਵਾਰਡ ਨੰਬਰ 37 ਵਿੱਚ ਮੀਟਿੰਗ ਹਰਨੇਕ ਸਿੰਘ ਨੇਕੀ ਦੀ ਰਹਿਣ ਮੈਠ ਹੋ ਰਖਾਈ ਗਈ ਹੈ, ਉਸ ਮੀਟਿੰਗ ਦੇ ਵਿੱਚ ਜੋ ਮੁੱਦੇ ਉੱਭਰ ਕੇ ਸਾਹਮਣੇ ਆਏ ਹਨ, ਜਿਸ ਤਰ੍ਹਾਂ ਕਿ ਆਜ਼ਾਦ ਸੇਵਾ ਸੁਸਾਇਟੀ ਵੱਲੋਂ ਆਪਣਾ ਸੇਵਦਾ ਮਿਸ਼ਨ ਲੈ ਕੇ, ਜਿਸ ਤਰ੍ਹਾਂ ਕਿ ਸਾਡੇ ਬੋਹਰਾ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਸਮਾਜ ਭਲਾਈ ਦੀ ਸੇਵਾ ਕਰਦੇ ਹਾਂ। ਉਹ ਸੇਵਾ ਜਿਹੜੀ ਹੈ, ਜਿਸ ਤਰ੍ਹਾਂ ਕਿ ਘਰੇਲੂ ਇੱਕ ਝਗੜੇ ਹੋਏ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਜਾਂ ਪੰਚਾਇਤੀ ਤੌਰ 'ਤੇ ਦੋਵਾਂ ਧਿਰਾਂ ਨੂੰ ਬਿਠਾ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅਸੀਂ ਨਿਬੇੜਦੇ ਹਾਂ। ਦੂਸਰਾ, ਸਮਾਜ ਦੀ ਜਿਹੜੀ ਸੇਵਾ, ਜਿਸ ਤਰ੍ਹਾਂ ਅੱਜ ਸਮਾਜ ਦਾ ਜਿਹੜਾ ਮਾਹੌਲ ਚੱਲਦਾ ਪਿਆ, ਉਸ ਮਾਹੌਲ ਦੇ ਮੁਤਾਬਿਕ ਅੱਜ ਇਹੋ ਜਿਹੜੇ ਸਮਾਜ ਦੇ ਵਿੱਚ ਸਾਡੇ ਬੋਹਰਾ ਸਾਹਿਬ ਨੇ ਅਤੇ ਉਹਨਾਂ ਦੇ ਨਾਲ ਜਿਹੜੀ ਪੂਰੀ ਟੀਮ ਆਈ ਹੈ, ਮੈਂ ਇਹਨਾਂ ਦੇ ਵਿਚਾਰ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਅਤੇ ਮੇਰਾ ਬੜਾ ਮਨ ਖੁਸ਼ ਹੋਇਆ ਕਿ ਜੋ ਅੱਜ ਲੋੜ ਹੈ ਸਾਨੂੰ ਸਮਾਜ ਦੇ ਵਿੱਚ ਸੇਵਾ ਕਰਨ ਦੀ,
ਔਰ ਇਹੋ ਜਿਹੇ ਸਮਾਜ ਸੇਵਕ ਜਿਹੜੇ ਉੱਠ ਕੇ ਸਾਹਮਣੇ ਆ ਕੇ ਆਜ਼ਾਦ ਸੇਵਾ ਸੁਸਾਇਟੀਆਂ ਬਣਾ ਕੇ ਜੋ ਸੇਵਾ ਦੀ ਭਾਵਨਾ ਨਾਲ ਲੈ ਕੇ ਚੱਲ ਰਹੇ ਨੇ, ਮੈਂ ਆਪਣੇ ਵੱਲੋਂ ਅਤੇ ਆਪਣੀ ਪੂਰੀ ਟੀਮ ਵੱਲੋਂ ਬੜਾ ਖੁਸ਼ ਹਾਂ ਅੱਜ। ਔਰ ਅੱਜ ਜੋ ਬੀਬੀ ਬਲਜੀਤ ਕੌਰ ਜੀ ਨੇ ਆਜ਼ਾਦ ਸੇਵਾ ਸੁਸਾਇਟੀ ਵੱਲੋਂ ਜਿਹੜੇ ਨੁਮਾਇੰਦੇ ਚੁਣੇ ਗਏ ਨੇ ਆਪਣੀ ਵਾਰਡ ਦੇ ਕੰਮ ਕਾਰਜ ਕਰਨ ਵਾਸਤੇ, ਮੈਂ ਇਹਨਾਂ ਕੋਲ ਬੜੀਆਂ ਉਮੀਦਾਂ ਰੱਖਦਾ ਹਾਂ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇੰਦਰਵੀਰ ਸਿੰਘ ਬਲਾਰੀਆ ਦੇ ਪੋਲੀਟੀਕਲ ਸੈਕਟਰੀ ਸਨ, ਉਹ ਅੱਜ ਸਾਡੀ ਵਾਰਡ ਨੰਬਰ 37 ਵਿੱਚ ਇਸ ਬੀਬੀ ਬਲਜੀਤ ਕੌਰ ਦੀ ਪ੍ਰਧਾਨਗੀ ਦੀ ਨੁਮਾਇੰਦਗੀ ਵਾਸਤੇ ਉਹ ਵੀ ਹਾਜ਼ਰ ਹੋਏ ਨੇ।